ਸਾਡਾ ਰੋਸ ਪ੍ਰਦਰਸ਼ਨ ਇਸ ਗੱਲ ਨੂੰ ਲੈ ਕੇ ਆਇਆ ਜਿਹੜਾ ਗੁਰੂ ਰਾਮਦਾਸ ਕਾਲਜ ਅੰਮ੍ਰਿਤਸਰ ਦੀ ਵਿਦਿਆਰਥਣ ਜਿਹੜੀ MBBS ਦੀ ਆਪਦੀ ਡਿਗਰੀ ਪੂਰੀ ਕਰ ਚੁੱਕੀ ਸੀ ਤੇ ਉਹਨੂੰ ਜਾਤੀ ਵਿਤਕਰੇ ਦੇ ਤੌਰ ਤੇ ਇੰਨਾ ਟੌਰਚਰ ਕੀਤਾ ਗਿਆ ਕਿ ਉਹਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਤਾ। ਅਸੀਂ ਇਹ ਸਮਝਦੇ ਹਾਂ ਕਿ ਜੋ ਅੱਜ ਦੇ ਸਮੇਂ ਦੀਆਂ ਸਰਕਾਰਾਂ ਨੇ ਇਹ ਜਾਤੀ ਵਿਤਕਰਾ ਫੈਲਾਉਂਦੀਆਂ ਨੇ, ਵੱਖ ਵੱਖ ਸਮਿਆਂ ਤੇ ਕਦੇ ਜਾਤੀਵਾਦ ਦੇ ਨਾਂ ਤੇ MLA ਠਾਏ ਜਾਂਦੇ ਆ, ਜਾਤੀਵਾਦ ਦੇ ਨਾਂ ਤੇ ਜਿਹੜੇ ਵਿੰਗ ਬਣਦੇ ਆ, ਇਹ ਸਾਰੀਆਂ ਰਾਜਕਰਤਾ ਪਾਰਟੀਆਂ ਬਣਾਉਂਦੀਆਂ ਨੇ। ਕਿਉਂਕਿ ਉਹਨਾਂ ਦੇ ਫਿੱਟ ਬਹਿੰਦੀ ਗੱਲ ਆ ਵੀ ਜਿੰਨਾ ਜਾਤੀਵਾਦ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਲੜਾ ਦੇਵਾਂਗੇ ਤਾਂ ਕਾਰਪੋਰੇਟ ਜਿਹੜੇ ਪੱਖੀ ਆ ਅਸੀਂ ਨੀਤੀਆਂ ਲਾਗੂ ਕਰ ਦੇਵਾਂਗੇ। ਜਿਹਦੇ ਕਰਕੇ ਅੱਜ ਜਦੋਂ ਡਾਕਟਰ ਪੰਪੋਸ ਦੀ ਖੁਦਕੁਸ਼ੀ ਤੋਂ ਬਾਅਦ ਵੀ ਭਾਵੇਂ ਪਰਚਾ ਦਰਜ ਕਰ ਲਿਆ, ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ, ਤੇ ਅੱਜ ਦੀਆਂ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਉਹਨੇ ਹਜੇ ਤੱਕ ਇੱਕ ਸ਼ਬਦ ਤੱਕ ਨਹੀਂ ਬੋਲਿਆ। ਨਹੀਂ ਤਾਂ ਇਹ ਸਰਕਾਰਾਂ ਕਿਸੇ ਸਿਆਸੀ ਲੀਡਰ ਜਾਂ ਇਹਨਾਂ ਦੇ ਫਿੱਟ ਬਹਿੰਦਾ ਕੋਈ ਕਿਸੇ ਦਾ ਕਤਲ ਹੋ ਜਾਵੇ ਤਾਂ ਸਾਰੇ ਪੰਜਾਬ ਦੀ ਜਿਹੜੀ ਪੁਲਿਸ ਆ ਉਹ ਭਜਣਾ ਪਾਉਂਦੀ ਆ। ਇਸ ਵਾਸਤੇ ਅਸੀਂ ਸਮਝਦੇ ਹਾਂ ਕਿ ਡਾਕਟਰ ਪੰਪੋਸ ਦੇ ਕਾਤਲਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ, ਤੇ ਨਾਲ ਜਿਹੜਾ ਸਿਆਸੀ ਪਾਰਟੀਆਂ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਵੋਟਾਂ ਬਣਾਉਣ ਵਾਸਤੇ ਵਿੰਗ ਖੜੇ ਕਰਦੀਆਂ, ਇਹ ਵਿੰਗ ਆ ਜਿਹੜੇ ਇਹ ਖਤਮ ਹੋਣੇ ਚਾਹੀਦੇ। ਕਿਉਂ ਸਾਰੇ ਜਾਤੀਵਾਦ ਨੂੰ ਭੜਕਾਉਣ ਦੀਆਂ ਚਾਲਾਂ ਨੇ, ਤੇ ਜਾਤੀਵਾਦ ਨੂੰ ਭੜਕਾਉਣਾ ਜਿਹੜਾ ਬੰਦ ਕੀਤਾ ਜਾਵੇ, ਸਾਡੀ ਇਹ ਮੰਗ ਆ। ਅਸੀਂ ਮੁਕਤਸਰ ਦੇ ਕਿਸਾਨ ਮਜ਼ਦੂਰ ਲੇਖਕ ਤਰਕਸ਼ੀਲ ਬਿਜਲੀ ਕਾਮੇ ਬਿਜਲੀ ਬੋਰਡ ਦੇ ਜਿਹ 'ਚ ਅਧਿਕਾਰੀ ਵੀ ਸ਼ਾਮਿਲ ਆ, ਲੇਖਕ ਵੀ ਸ਼ਾਮਿਲ ਆ, ਬੁੱਧੀਜੀਵੀ ਪੱਤਰਕਾਰ ਵੀ ਸ਼ਾਮਿਲ ਆ। ਇੱਕ ਜਿਹੜਾ ਮੁੱਦਾ ਡਾਕਟਰ ਪੰਪੋਸ ਜਿਹੜੀ ਇੱਕ ਮਜ਼ਦੂਰਾਂ ਦੀ ਧੀ ਸੀ ਤੇ ਗੁਰੂ ਰਾਮਦਾਸ ਕਾਲਜ ਮੈਡੀਕਲ ਕਾਲਜ ਵਿੱਚ MBBS ਕਰ ਰਹੀ ਸੀਗੀ, ਉਹਨੇ ਆਪਦਾ ਕੋਰਸ ਪੂਰਾ ਕਰ ਲਿਆ ਸੀ, ਉਹ ਟ੍ਰੇਨਿੰਗ ਕਰ ਰਹੀ ਸੀ। ਰਾਮਦਾਸ ਕਾਲਜ ਦੇ ਜਿਹੜੇ ਵਿਦਿਆਰਥੀਆਂ ਨੇ ਪ੍ਰੋਫੈਸਰਾਂ ਨੇ ਉਹਦੇ ਨਾਲ ਦਿਆਂ ਨੇ ਉਹਨੂੰ ਜਾਤੀ ਤੌਰ ਤੇ ਇੰਨਾ ਦਲੀਲ ਕੀਤਾ ਕਿ ਉਹ ਸਾਡੀ ਪੰਜਾਬ ਦੀ ਧੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਅਸੀਂ ਅੱਜ ਸਾਰੇ ਲੋਕ ਡਾਕਟਰ ਪੰਪੋਸ ਜਿਹਨੇ ਖੁਦਕੁਸ਼ੀ ਕੀਤੀ ਹੈ ਜਾਤੀ ਵਿਤਕਰੇ ਦੇ ਚੱਲਦਿਆਂ, ਉਹਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਆਏ ਆ। ਅਸੀਂ ਮੰਗ ਕਰਦੇ ਹਾਂ ਕਿ ਜਾਤੀ ਵਿਤਕਰੇ ਬੰਦ ਹੋਣੇ ਚਾਹੀਦੇ ਆ, ਮਾਨਵਤਾ ਦੀ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਆ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਰਕਾਰਾਂ ਜਾਂ ਅਦਾਰੇ ਇਹ ਯਕੀਨੀ ਬਣਾਉਣ ਕਿ ਜੋ ਵਿਦਿਆਰਥੀ ਪੜ੍ਹਦੇ ਆ ਉਹ ਸਾਰੇ ਇਨਸਾਨ ਮਨੁੱਖ ਹੁੰਦੇ ਆ, ਇਸ ਗੱਲ ਨੂੰ ਪਹਿਣ ਦੇਣੀ ਚਾਹੀਦੀ ਆ। ਤੇ ਜਿਹੜਾ ਇਹ ਸਿਸਟਮ ਆ, ਇੱਥੋਂ ਦੇ ਰਾਜ ਕਰਨ ਵਾਲੇ ਲੋਕ ਆ ਅਸਲ ਵਿੱਚ ਉਹ ਜਾਤਕਾਰ ਦੀਆਂ ਦੀਵਾਰਾਂ ਜਿਹੜੀਆਂ ਬਣਾ ਕੇ ਰੱਖਦੇ ਆ, ਉਹਨੂੰ ਪੱਕੀਆਂ ਕਰਦੇ ਆ, ਉਹਦੇ ਨਾਂ ਤੇ ਉਹ ਸਿਆਸਤ ਕਰਦੇ ਆ, ਵੋਟਾਂ ਲੈਂਦੇ ਆ। ਅਸੀਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ, ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਜਾਤਾਂ ਨੂੰ ਤੋੜ ਕੇ ਸਾਂਝੇ ਘੋਲਾਂ ਦੇ ਵਿੱਚ ਆਉਣਾ ਚਾਹੀਦਾ, ਲੋਕਾਂ ਦੀ ਜਮਾਤੀ ਸੰਘਰਸ਼ ਕਰਨੇ ਚਾਹੀਦੇ ਆ, ਸਾਰਿਆਂ ਦੇ ਬਰਾਬਰ ਹੱਕ ਆ, ਸਾਰੇ ਹੀ ਪੰਜਾਬ ਦੀ ਧਰਤੀ ਦੇ ਲੋਕ ਆ। ਇਸ ਲਈ ਡਾਕਟਰ ਪੰਪੋਸ ਹੋਰ ਵੀ ਬਹੁਤ ਸਾਰੇ ਬੱਚੇ ਦੇ ਨਾਲ ਜਾਤੀ ਤੌਰ ਤੇ ਵਿਤਕਰਾ ਹੁੰਦਾ, ਹੋਰ ਪਿੰਡਾਂ 'ਚ ਬਹੁਤ ਸਾਰੇ ਮਜ਼ਦੂਰ ਉਹਨਾਂ ਵਿਤਕਰਾ ਹੁੰਦਾ, ਇੱਥੋਂ ਤੱਕ ਜਿਹੜੇ ਬੇਜ਼ਮੀਨੇ ਕਿਸਾਨ ਆ ਉਹਨਾਂ ਦੇ ਨਾਲ ਵੀ ਵੱਡੇ ਜ਼ਗੀਰਦਾਰ ਤੇ ਸਰਮਾਏਦਾਰ ਵਿਤਕਰਾ ਕਰਦੇ ਆ। ਇਸ ਲਈ ਇਹ ਅੱਜ ਦੇ ਸਮੇਂ ਦਾ ਮੁੱਦਾ, ਤੇ ਅਸੀਂ ਇਸ ਮੁੱਦੇ ਨੂੰ ਲੈ ਕੇ ਇਹ ਮੋਮਬੱਤੀਆਂ ਇਸ ਲਈ ਜਗਾਈਆਂ ਤਾਂ ਕਿ ਚੇਤਨਾ ਦਾ ਚੰਨ ਫੈਲੇ, ਤਾਂ ਕਿ ਜਾਤੀ ਵਿਤਕਰੇ ਦੂਰ ਹੋਣ, ਤਾਂ ਕਿ ਡਾਕਟਰ ਪੰਪੋਸ ਵਰਗੀਆਂ ਸਾਡੀਆਂ ਧੀਆਂ ਨੂੰ ਜਾਤੀ ਵਿਤਕਰਿਆਂ ਤੋਂ ਤੰਗ ਆ ਕੇ ਜਿਹੜੇ ਆ ਖੁਦਕੁਸ਼ੀਆਂ ਨਾ ਕਰਨੀਆਂ ਪੈਣ। ਇਹਦੇ ਵਿੱਚ ਸਰਕਾਰਾਂ ਦਾ, ਰਾਜਸੀ ਨੇਤਾਵਾਂ ਦਾ ਵੀ ਰੋਲ ਆ, ਜਿਹੜੇ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਜਾਤੀ ਤੌਰ ਤੇ ਜ਼ਬਰ ਹੋ ਰਿਹਾ, ਜੇ ਪੰਜਾਬ ਦੇ ਵਿੱਚ ਵੀ ਜਿਹਨੂੰ ਅਸੀਂ ਗੁਰੀਆਂ ਪੀਰਾਂ ਦੀ ਧਰਤੀ ਕਹਿੰਦੇ ਹਾਂ, ਪੰਜ ਦਰਿਆਵਾਂ ਦੀ, ਇੱਥੇ ਵੀ ਜਾਤੀ ਵਿਤਕਰੇ ਹੋਣਗੇ, ਤਾਂ ਅਸੀਂ ਕੀ ਆਸ ਰੱਖਦੇ ਹਾਂ ਕਿ ਯੂਪੀ, ਬਿਹਾਰ, ਉੜੀਸਾ ਦੇ ਵਿੱਚ ਜਾਤੀ ਵਿਤਕਰੇ ਨਹੀਂ ਹੋਣਗੇ। ਇਹ ਇੱਕ ਬਹੁਤ ਵੱਡਾ ਮੁੱਦਾ, ਇਸ ਲਈ ਇਹਨੂੰ ਸੰਬੋਧਿਤ ਹੋਣ ਲਈ ਅਸੀਂ ਆਏ ਹਾਂ। ਅਸੀਂ ਸਰਕਾਰ ਤੋਂ ਵੀ ਪੰਪੋਸ ਨੂੰ ਜਿਹੜੇ ਮਜਬੂਰ ਕਰਨ ਵਾਲੇ, ਦਲੀਲ ਕਰਨ ਵਾਲੇ ਲੋਕ ਆ, ਜਿਹੜੇ ਚਾਹੇ ਪ੍ਰੋਫੈਸਰ ਆ ਚਾਹੇ ਵਿਦਿਆਰਥੀ ਆ ਜਾਂ ਪੜ੍ਹਾਉਣ ਵਾਲੇ ਆ, ਉਹਨਾਂ ਦੇ ਖਿਲਾਫ ਕਾਰਵਾਈ ਕਰੇ ਸਰਕਾਰ, ਭਾਵੇਂ ਪਰਚਾ ਦਰਜ ਕਰ ਲਿਆ। ਤੇ ਦੂਸਰੇ ਤੌਰ ਤੇ ਕਿ ਸਮਾਜ ਦੇ ਵਿੱਚੋਂ ਜਾਤ ਨੂੰ ਖਤਮ ਕਰਨ ਲਈ ਜਿਹੜੀਆਂ ਸਰਕਾਰ ਚਲਾਉਣ ਵਾਲੇ ਲੋਕ ਆ ਉਹ ਆਪਣੀ ਡਿਊਟੀ ਨਿਭਾਉਣ।